ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਗੁਰੂ ਹਜ਼ੂਰੀ ਬੈਠੀ ਪਿਆਰੀ ਸਤਿ ਸੰਗਤ ਜੀ, ਸਤਿਗੁਰਾਂ ਦੀ ਬਖਸ਼ੀ ਪਵਿੱਤਰ ਫਤਿਹ ਪ੍ਰਵਾਨ ਕਰੋ ਜੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਸਾਰਿਆਂ ਨੇ ਇਸ ਪਵਿੱਤਰ ਅਸਥਾਨ ਦੀ ਮਹਾਨਤਾ ਬਾਰੇ ਪ੍ਰਿੰਸੀਪਲ ਜੀ ਪਾਸੋਂ ਕੁਝ ਗੱਲਾਂ ਸਰਵਣ ਕੀਤੀਆਂ ਨੇ ਅਤੇ ਗੁਰੂ ਪਿਆਰੀ ਸਤਿ ਸੰਗਤ ਜੀ ਇਸ ਅਸਥਾਨ ਦੀ ਮਹਾਨਤਾ ਨੂੰ ਦੇਖਦੇ ਹੋਏ, ਆਓ ਗੁਰੂ ਪਿਆਰੀ ਸਤਿ ਸੰਗਤ ਜੀ ਵੱਡੇ ਭਾਗ ਸਮਝਦੇ ਹੋਏ, ਆਓ ਸਾਰੇ ਗੁਰੂ ਦਾ ਓਟ ਆਸਰਾ ਤੱਕਦੇ ਹੋਏ ਗੁਰੂ ਦੇ ਨਿੱਘੀ ਗੋਦ ਵਿੱਚ ਬੈਠੇ ਹਾਂ। ਕਰੀਏ ਧਿਆਨ ਸਤਿਗੁਰਾਂ ਦੇ ਚਰਨਾਂ ਵੱਲ, ਭਰੋਸਾ ਪਿਆਰ ਅਤੇ ਅਰਦਾਸ ਇਹੀ ਅਸੀਂ ਕਰਦੇ ਹਾਂ, ਤਾਂ ਹੀ ਗੁਰੂ ਸਾਡੇ ਅੰਗ ਸੰਗ ਹਨ। ਆਓ ਅਰਦਾਸ ਬੇਨਤੀ ਦਾ ਇਹ ਪਾਵਨ ਸ਼ਬਦ ਜਿੰਨੇ ਵੀ ਅਸੀਂ ਇੱਥੇ ਹਾਜ਼ਰ ਹਾਂ ਕਰੀਏ ਰਸਨਾ ਪਵਿੱਤਰ, ਤਾਂ ਜੋ ਸਾਡਾ ਇੱਥੇ ਆਇਆ ਜਪਿਆ ਅਰਦਾਸ ਕੀਤਾ ਸਫਲ ਹੋਈ। ਆਓ ਸਾਰੇ ਕਰੀਏ ਰਸਨਾ ਪਵਿੱਤਰ। ਗੁਰ ਮੇਰੇ ਸੰਗ ਸਦਾ ਹੈ ਨਾਮਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਪੋ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤਿਸ ਸਦਾ ਸਮਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਦਾ ਹੈ ਨਾਲੇ।
ਸਭ ਕਿਛ ਕੀਤਾ ਤੇਰਾ ਹੋਵੇ। ਹਰ ਗੁਣ ਗਾਏ ਮੇਰਾ ਮਨ ਸਿਧਲਾਇਆ, ਹਰ ਗੁਣ ਗਾਏ ਮੇਰਾ ਮਨ ਸਿਧਲਾਇਆ। ਗੁਰਪੂਰੈ ਵਾਜੀ ਵਧਾਈ, ਸਾਰਿਆਂ ਨੇ ਸਰਵਣ ਕੀਤਾ ਨਾਲ ਗਾਇਆ। ਆਓ ਅਗਲਾ ਪਾਵਨ ਸ਼ਬਦ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ। ਸਤਿਗੁਰਾਂ ਦੀ ਯਾਦ ਵਿੱਚ ਸਤਿਗੁਰਾਂ ਦਾ ਧਿਆਨ ਰੱਖਦੇ ਹੋਏ ਇਹ ਪਾਵਨ ਸ਼ਬਦ ਆਓ ਸਾਰੇ ਬੜੇ ਹੀ ਪਿਆਰ ਨਾਲ ਕਰੀਏ ਰਚਨਾ ਪਵਿੱਤਰ।
बाबा आंखें हाजियां हाजियां बाबा जपो आंखें शुभ अमला रोई
ਜਪੋ Yeah.
ਪਵਿੱਤਰ ਬਾਣੀ ਨਾਲ ਜੁੜ ਕੇ ਬੈਠੇ ਹੋ ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਨਾਲੀ ਜੀ ਆਇਆਂ ਨੂੰ ਜਿਨ੍ਹਾਂ ਨੇ ਇਸ ਕੀਰਤਨ ਦਰਬਾਰ ਦੀ ਸ਼ਾਨ ਨੂੰ ਹੋਰ ਵਧਾਇਆ। ਅਸੀਂ ਵੀ ਅਰਦਾਸ ਕਰਾਂਗੇ ਕਿ ਦਾਤਾ ਆਪ ਸਭ ਦੀ ਹਾਜ਼ਰੀ ਇਸ ਪਵਿੱਤਰ ਸਥਾਨ 'ਤੇ ਪ੍ਰਵਾਨ ਕਰਨ, ਸਭ ਦੇ ਸਿਰਾਂ 'ਤੇ ਮੇਰਾ ਭਲੇ ਹੱਥ ਰੱਖਣ, ਆਪ ਸਭ ਅਸੀਸ ਦੇ ਨਾਲ ਜੋ ਇਸੇ ਤਰ੍ਹਾਂ ਗੁਰੂ ਦੇ ਕੀਰਤਨ ਰਾਹੀਂ ਆਪ ਸੰਗਤਾਂ ਦੀ ਸੇਵਾ ਕਰਦੇ ਰਹੀਏ। ਨਾਲੀ ਜੀ ਆਇਆਂ ਨੂੰ ਇੱਥੇ ਜਿਤਨੇ ਵੀ ਕੀਰਤਨੀ ਜਥੇ ਹੋਰ ਜੋ ਮਹਾਂਪੁਰਸ਼ ਆਏ ਨੇ ਸਭ ਦਾ ਜੀ ਆਏ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।